ਲਿਆਉਂਦੀਆਂ ਬੇਬੇ ਭੱਜ ਕੇ ਜਾਂਦੀ ਆਹ ਵੀਰ ਜੀ ਇਹ ਪ੍ਰਸ਼ਾਦਾ ਠੰਡਾ ਹੋ ਗਿਆ ਆਹ ਦਾਲ ਮੈਂ ਲੈ ਜਾਂਦੀਆਂ ਆਹ ਮੈਂ ਕਰਦੀ ਹਾਂ ਇਹ ਪਾਣੀ ਆਇਆ ਉਹ ਅਗਲੇ ਲੱਗੇ ਵੀ ਤੁਸੀਂ ਬਹੁਤ ਸ਼ਰਧਾ ਕਰ ਰਹੇ ਨਹੀਂ ਨਹੀਂ ਮੱਥੇ ਮਾਰੀ ਥਾਲੀ 'ਚ ਪਾ ਕੇ ਚੱਲ ਵੀ ਖਾ ਖਾਣਾ ਖਾ ਨਹੀਂ ਨਾ ਹੈ ਨਾ ਮਹਾਰਾਜ ਮਹਾਰਾਜ ਜੀ ਲੂਣ ਮਿਰਚ ਠੀਕ ਆ ਜੀ ਘੱਟ ਤਾਂ ਨਹੀਂ ਹੈ ਕਿਉਂਕਿ ਚਾਰ ਮਿਰਚ ਕੋਈ ਹੋਰ ਚੀਜ਼ ਚਾਹੀਦੀ ਪਾਣੀ ਠੰਡਾ ਲਿਆਈ ਕਿ ਗਰਮ ਲਿਆਈ ਉਈ ਪੁੱਛੀ ਜਾਣਾ ਅਗਲਾ ਉਈ ਚਾਚ ਹੋ ਜਾਂਦਾ ਵੀ ਵਾਹ ਕਿਆ ਸੇਵਾ ਹੈ ਅਗਰ ਸੇਵਾ ਕਰਨ ਦਾ ਇੱਕ ਤਰੀਕਾ ਉਈ ਪੁੱਛਣਾ ਹੀ ਹੁੰਦਾ ਮਾਤਾ ਜੀ ਦਸਵੇਂ ਪਾਤਸ਼ਾਹ ਪ੍ਰਸ਼ਾਦਾ ਛਕਾਉਂਦੇ ਸੀ ਆਪ ਤਿਆਰ ਕਰਕੇ ਫਿਰ ਆਪ ਛਕਾਉਣਾ ਕੋਲ ਪੱਖੀ ਕਰਨੀ ਬਹਿ ਕੇ ਕੋਈ ਮੱਖੀ ਨਾ ਬਹਿ ਜੇ ਆ ਕੇ ਬੜਾ ਬਹੁਤ ਸਤਿਕਾਰ ਨਾਲ ਜੇ ਮਹਾਰਾਜ ਨੇ ਅੱਧਾ ਛੱਡਤਾ ਬਸ ਅੱਧਾ ਹੀ ਖਾਣਾ ਇੱਕ ਛੱਡਤਾ ਇੱਕ ਛਕਣਾ ਮਹਾਰਾਜ ਨੂੰ ਮਾਤਾ ਜੀ ਨੇ ਉਡੀਕਦੇ ਰਹਿਣਾ ਹਫ਼ਤਾ ਇੱਕ ਉਡੀਕਦੇ ਰਹਿਣਾ ਉਹ ਆਉਣੇ ਤਖ਼ਤ ਸਾਹਿਬ ਤੋਂ ਵੀ ਜੇ ਉਹ ਆ ਗਏ ਤਾਂ ਪ੍ਰਸ਼ਾਦਾ ਛਕਣਾ ਨਹੀਂ ਉਨੇ ਦਿਨ ਛਕਣਾ ਹੀ ਨਹੀਂ ਹੁਣ ਇੰਨੀ ਕਮਾਈ ਆਪਾਂ ਕਿੱਥੋਂ ਕਰ ਲਾਂਗੇ ਇੰਨੀਆਂ ਭਗਤੀਆਂ ਕਿੱਥੋਂ ਇਸ ਕਰਕੇ ਤਾਂ ਆਪਾਂ ਇੰਨੇ ਹੀ ਬਸ ਬਹੁਤ ਆਪਣੇ ਲਈ ਕੀ ਆ ਸੇਵਾ ਤਾਂ ਕਰ ਨਹੀਂ ਸਕਦੇ ਆਪਾਂ ਨਾ ਹੀ ਆਪਾਂ ਉਹੋ ਜਿਹੇ ਬਣ ਸਕਦੇ ਫਿਰ ਕੀ ਕਹਿੰਦੇ ਨੇ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਧੰਨ ਮਾਤਾ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਹੁਣ ਇਹੀ ਸੁਣੋ ਮਾਤਾ ਜੀ ਦੇ ਨਿਮਿਤ ਸੂਟ ਦੇ ਦਿਓ ਕਿਸੇ ਨੂੰ ਦੇਣ ਦਾ ਵੀ ਇੱਕ ਤਰੀਕਾ ਹੁੰਦਾ ਇੱਕ ਹੁੰਦਾ ਆਹ ਲੈ ਮੈਂ ਸੂਟ ਦੇ ਰਿਹਾ ਮੈਂ ਇਹਨੂੰ ਆਹ ਰੋਟੀ ਦੇ ਰਿਹਾ ਮੈਂ ਇਹਨੂੰ ਆਹ ਦਾ ਨਹੀਂ ਇਹ ਤੁਹਾਡਾ ਤਰੀਕਾ ਗਲਤ ਹੈ ਇਹ ਤਾਂ ਤੁਹਾਡੀ ਮੈਂ ਆ ਗਈ ਇਉਂ ਕਹੋ ਕਿ ਮਾਤਾ ਜੀ ਇਹ ਤੁਹਾਡੇ ਨਿਮਿੱਤ ਸੂਟ ਦੇ ਰਹੇ ਪੰਜ ਗਰੀਬ ਬੀਬੀਆਂ ਨੂੰ ਇਹ ਤੁਹਾਡੇ ਨਿਮਿੱਤ ਮਹਾਰਾਜ ਜੀ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਛਕਾ ਰਹੇ ਜਦੋਂ ਵੀ ਦੇਣਾ ਕੁਛ ਵੀ ਦੇਣਾ ਉਹਦੇ 'ਚ ਨਿਮਿੱਤ ਕਰ ਦਿਓ ਜਦੇ ਸ਼ਹੀਦਾਂ ਸਿੰਘਾਂ ਨਾਂ 'ਤੇ ਦੇਗ ਨਹੀਂ ਕਦੇ ਕਰਾਈ ਆਪਾਂ ਨੇ ਆਪਣੀ ਦੇਗ 10 ਰੁਪਏ 20 ਦੀ ਦੁੱਖ ਨਿਵਾਰਨ ਸਾਹਿਬ ਹਮੇਸ਼ਾ ਕਰਾਉਂਦਾ ਕਦੇ ਕਿਹਾ ਵੀ ਸ਼ਹੀਦੋ ਸਿੰਘੋ ਇਹ ਤੁਹਾਡੀ ਦੇਗ ਹੈ 10 ਰੁਪਏ ਦੀ 100 ਰੁਪਏ ਦੀ ਮਹਾਰਾਜ ਇੱਕ ਵਾਰ ਕਹਿੰਦੇ ਅੱਜ ਸੰਗਤ ਜਾਂਦੀ ਦਰਬਾਰ ਸਾਹਿਬ ਉੱਥੇ ਦੇਖ ਕਰਾਉਂਦੇ ਮੁੜੇ ਆਉਂਦੇ ਆ ਅਕਾਲ ਤਖ਼ਤ ਸਾਹਿਬ ਦੇ ਬਾਹਰ ਥੜੇ ਜੇ ਅਤੇ ਮੱਥਾ ਟੇਕ ਕੇ ਆ ਰਹੇ ਕਹਿੰਦੇ ਸਾਡੇ ਅਕਾਲ ਤਖ਼ਤ ਸਾਹਿਬ 'ਤੇ ਇਹ ਦੇਗ ਹੀ ਨਹੀਂ ਕਰਾਉਂਦੇ ਹੈਗੇ ਜਾ ਕੇ ਕਹਿੰਦੇ ਆਹ ਸੁਨੇਹਾ ਦਿਓ ਸਾਡਾ ਭਾਈ ਸੰਗਤ ਨੂੰ ਉਹ ਗਾਂਹ ਕਿਸੇ ਮਹਾਂਪੁਰਖ ਨੂੰ ਗਾਂਹ ਗਾਂਹ ਸਾਡੇ ਕੋਲ ਆਇਆ ਮੈਂ ਕਿਹਾ ਜੀ ਹੁਣ ਪਾ ਦਾਂਗੇ ਰੌਲਾ ਸਾਡ ਦਾ ਕੰਮ ਹੀ ਅਸੀਂ ਤਾਂ ਇਹੀ ਰੌਲਾ ਪਾਉਣਾ ਉਹ ਉੱਥੇ ਅਕਾਲ ਤਖ਼ਤ ਸਾਹਿਬ 'ਤੇ ਦੇਖ ਕਰਾਓ ਕੁਛ ਲੈ ਲਓ ਜਾ ਕੇ ਉੱਥੋਂ ਉੱਤੇ ਜਾ ਕੇ ਮੱਥਾ ਟੇਕੋ ਨਾਲੇ ਦੇਖ ਕਰਾਓ ਛੇਵੇਂ ਪਾਤਸ਼ਾਹ ਖੁਸ਼ ਹੋਣਗੇ ਥੋੜ੍ਹੇ 'ਤੇ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਆਪਾਂ ਇਗਨੋਰ ਕਰ ਜਾਂਦੇ ਹਾਂ ਜਿਵੇਂ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਹੋ ਬਸ ਤਖ਼ਤ ਸਾਹਿਬ 'ਤੇ ਮੱਥਾ ਟੇਕ ਅੰਦਰ ਗੁਰੂ ਕੇ ਮਹਿਲਾਂ 'ਚ ਕੌਣ ਜਾਊਗਾ ਬਈ ਭੋਰਾ ਸਾਹਿਬ ਕੌਣ ਜਾਊਗਾ ਉੱਧਰ ਮਾਤਾ ਜੀਤ ਕੌਰ ਦੇ ਕੌਣ ਜਾਊਗਾ ਉਹ ਸਾਰੇ ਥਾਂ ਫਿਰ ਛੱਡਿਆ ਆਉਂਦੇ ਹਾਂ ਇਹ ਬਖਸ਼ਿਸ਼ ਜਿਹੜੀ ਸੀਗੀ ਉਹ ਇੱਕ ਪਾਸੇ ਲਿਆਂਦੀ ਬਾਕੀ ਥਾਵਾਂ 'ਤੇ ਕਿੱਥੋਂ ਲੈਣੀ ਉਹ ਪਰੇ ਕਿਲ੍ਹਾ ਤਾਰਾਗੜ੍ਹ ਪੈਂਦਾ 7 ਕਿਲੋਮੀਟਰ 6 ਜਿੱਥੇ 500 ਬ੍ਰਹਮ ਗਿਆਨੀ ਮਹਾਂਪੁਰਖ ਰਹਿੰਦਾ ਸੀ ਇੱਥੇ ਕਿਤੇ ਇੱਕ ਬ੍ਰਹਮ ਗਿਆਨੀ ਹੋ ਜਾਵੇ ਉੱਥੇ ਲੋਕ ਭੱਜੇ ਜਾਂਦੇ ਅਤੇ 500 ਬ੍ਰਹਮ ਗਿਆਨੀ ਰਹਿੰਦਾ ਸੀ ਉੱਥੇ ਭਾਈ ਘਨੱਈਆ ਜੀ ਵੀ ਰਹਿੰਦੇ ਸੀ ਇਸ ਕਰਕੇ ਹਰੇਕ ਥਾਂ ਪਹਾੜ ਪਹਾੜ ਕੇ ਜਾ ਕੇ ਮੱਥਾ ਟੇਕੋ ਵੀ ਇੱਥੋਂ ਵੀ ਮੈਂ ਲਾਲਚ ਕਰੋ ਇਸ ਚੀਜ਼ ਦਾ ਵੀ ਮੈਨੂੰ ਇੱਥੇ ਵੀ ਮੱਥਾ ਟੇਕੇ ਭੰਗਾਣੀ ਸਾਹਿਬ ਵੀ ਜਾਈਏ ਭੰਗਾਣੀ ਸਾਹਿਬ ਤੋਂ ਹੋਰ ਕੋਈ ਗੁਰਦੁਆਰਾ ਇਹ ਸਾਰਿਆਂ ਸਥਾਨਾਂ ਨੂੰ ਲੱਭ ਲੱਭ ਕੇ ਮੱਥਾ ਟੇਕੋ ਭਬੌਰ ਸਾਹਿਬ ਜਾਓ ਜਿੱਥੇ ਚੌਪੀ ਸਾਹਿਬ ਉਚਾਰਨ ਕੀਤੀ ਮਹਾਰਾਜ ਨੇ ਇਸ ਕਰਕੇ ਹਰੇਕ ਜਗ੍ਹਾ ਦੇ ਉੱਤੇ ਜਾ ਕਰਕੇ ਮੱਥਾ ਟੇਕਣਾ ਬਹਿ ਕੇ ਪਾਠ ਕਰਨਾ ਸੱਚਖੰਡ ਨੂੰ ਇਹੀ ਜਾਣ ਨਾਲ ਇਹ ਖਾਧੀਆਂ ਰੋਟੀਆਂ ਪਾਏ ਕੱਪੜੇ ਲੀੜੇ ਇਹ ਇਧਰਲੀਆਂ ਉਧਰਲੀਆਂ ਜਿਹੜੀਆਂ ਚੁਗਲੀਆਂ ਦਿੰਦੇ ਆ ਗੱਲਾਂ ਬਾਤਾਂ ਇਹ ਸਾਰੀਆਂ ਇੱਥੇ ਰਹਿ ਜਾਣੀਆਂ ਸੱਚਖੰਡ ਲਿਜਾਣ ਵਾਲੀਆਂ ਚੀਜ਼ਾਂ ਨੂੰ